ਸਰ ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਆ ਵੀ ਨਵਾਂ ਫਾਰਮ ਕਿਵੇਂ ਸ਼ੁਰੂ ਕਰਨਾ ਚਾਹੀਦਾ। ਬਹੁਤ ਵੱਡਾ ਸਵਾਲ ਹੈ ਇਹ। ਪਹਿਲੀ ਗੱਲ ਤਾਂ ਇਹ ਹੈ, ਜੇ ਫਾਰਮ ਅਸੀਂ ਡੇਅਰੀ ਫਾਰਮ ਦੀ ਗੱਲ ਕਰੀਏ ਤਾਂ ਸ਼ੁਰੂ ਕਰਨ ਦਾ ਸਹੀ ਸਮਾਂ ਜਿਹੜਾ ਹੈਗਾ ਹੁਣ ਹੈ। ਆਹ ਜਿਹੜਾ ਮੌਸਮ ਹੁਣ ਸ਼ੁਰੂ ਹੋ ਰਿਹਾ, ਅੱਗੇ ਭਾਦੋਂ ਖਤਮ ਹੋ ਜਾਣੀ ਹੈ ਹੁਣ, ਅਤੇ ਅਗਲਾ ਮਹੀਨਾ ਜਿਹੜਾ ਹੈਗਾ 5-6 ਮਹੀਨੇ ਡੇਅਰੀ ਫਾਰਮਿੰਗ ਵਾਸਤੇ ਬਹੁਤ ਵਧੀਆ ਹੁੰਦੇ ਆ। ਨਵੇਂ ਬੰਦਿਆਂ ਵਾਸਤੇ ਇਹ ਸੈੱਟ ਹੋਣ ਦਾ ਬਹੁਤ ਵਧੀਆ ਸਮਾਂ ਹੁੰਦਾ। ਬਹੁਤ ਲੰਬਾ ਵਿਸ਼ਾ, ਇਹਦੇ ਬਾਰੇ ਥੋੜ੍ਹੀ ਜਿਹੀ ਤੁਹਾਨੂੰ ਗੱਲਾਂ 'ਚ ਦੱਸੂੰਗਾ ਬਾਕੀ ਅਗਲੀ ਵੀਡੀਓ ਦੇ ਵਿੱਚ। ਪਹਿਲਾ ਜਿਹੜਾ ਸਭ ਤੋਂ ਪਹਿਲੀ ਗੱਲ ਇਹ ਹੈ, ਦੇਖੋ ਜਿਹੜੀ ਚੀਜ਼ ਵੱਲ ਲੋਕ ਧਿਆਨ ਨਹੀਂ ਦਿੰਦੇ ਉਹ ਹੈਗਾ ਬਜਟ, ਪੈਸਾ। ਤੁਹਾਡੇ ਕੋਲ ਕਿੰਨਾ ਵੀ ਪੈਸਾ ਹੈਗਾ, ਤੁਸੀਂ ਉਹਦਾ ਹਿਸਾਬ ਤਾਂ ਲਾਉਣਾ ਜ਼ਰੂਰੀ ਹੈ। ਇਹਦੇ ਵਾਸਤੇ ਤੁਸੀਂ ਕਿਸੇ ਮਾਹਰ ਦੀ ਸਲਾਹ ਵੀ ਲੈ ਸਕਦੇ ਹੋ, ਲੋੜ ਹੋਈ ਤੁਸੀਂ ਮੇਰੇ ਨਾਲ ਵੀ ਸਲਾਹ ਕਰ ਸਕਦੇ ਹੋ, ਬੈਠ ਕੇ ਸਲਾਹ ਕਰ ਸਕਦੇ ਹੋ। ਇਹ 'ਚ ਕੀ ਹੈ, ਦੇਖੋ ਤੁਸੀਂ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ 3 ਵੱਡੇ ਖਰਚੇ ਹੁੰਦੇ ਆ ਜਿਹੜੇ ਅਸੀਂ ਫਾਰਮ ਦੇ ਹੁੰਦੇ ਆ। ਪਹਿਲਾ ਖਰਚਾ ਹੁੰਦਾ ਸਾਡਾ, ਦੇਖੋ ਜਗ੍ਹਾ ਲੈਣੀ ਹੈ ਜਿਹੜੀ, ਜੇ ਹੈਗੀ ਤਾਂ ਵਧੀਆ ਗੱਲ ਹੈ। ਦੂਜਾ ਖਰਚਾ ਹੁੰਦਾ ਸਾਡਾ ਸ਼ੈੱਡ ਦਾ। ਤੀਜਾ ਖਰਚਾ ਹੁੰਦਾ ਸਾਡਾ ਪਸ਼ੂਆਂ ਦਾ। ਇਹ ਤਿੰਨਾਂ ਖਰਚਿਆਂ ਦਾ ਤੁਸੀਂ ਹਿਸਾਬ ਕਿਤਾਬ ਲਾ ਕੇ ਇਹ ਦੇਖ ਲੈਣਾ ਵੀ, ਮੰਨ ਲਓ ਅਸੀਂ 5 ਪਸ਼ੂ ਰੱਖਣੇ ਆ, 10 ਰੱਖਣੇ ਆ, 20 ਰੱਖਣੇ ਆ, ਉਹ ਬਾਅਦ ਦੀ ਗੱਲ ਹੈ, ਵੀ ਤੁਹਾਡੇ ਕੋਲ ਅਗਲੇ 1 ਸਾਲ ਵਾਸਤੇ ਪੱਠਿਆਂ ਦਾ, ਫੀਡ ਦਾ, ਅਚਾਰ ਦਾ, ਲੇਬਰ ਦਾ ਅਤੇ ਹੋਰ ਥੋੜ੍ਹਾ ਬਹੁਤਾ ਫੁਟਕਲ ਖਰਚੇ ਜਿਵੇਂ ਬਿਜਲੀ ਹੈ, ਪਾਣੀ ਹੈ, ਜਾਂ ਕਈ ਵਾਰੀ ਕੋਈ ਦਵਾਈਆਂ ਦੇ ਖਰਚੇ ਆ ਜਾਂਦੇ ਆ, ਜਾਂ ਕਈ ਵਾਰੀ ਇੰਸ਼ੋਰੈਂਸ ਦੇ ਖਰਚੇ ਆ ਜਾਂਦੇ ਆ, ਹੈ ਨਾ, ਅਤੇ ਉਹ ਜਿਹੜਾ ਹੈਗਾ ਉਹਦਾ ਤੁਸੀਂ ਪੈਸਾ ਬਚਾ ਕੇ ਰੱਖਣਾ। ਜਿਹੜੇ ਆਪਾਂ ਪਹਿਲਾਂ ਖਰਚਿਆਂ ਦੀ ਗੱਲ ਕੀਤੀ ਉਹਦੇ ਵਿੱਚ ਦੇਖੋ ਆਪਾਂ ਸ਼ੈੱਡ ਦੀ ਗੱਲ ਕਰ ਲਈ, ਦੂਜੇ ਨੰਬਰ 'ਤੇ ਆਪਾਂ ਗੱਲ ਕੀਤੀ ਹੈ ਜਿਹੜੀ ਆਪਾਂ ਪਸ਼ੂ ਖਰੀਦਣੇ ਆ, ਤੀਜੇ ਨੰਬਰ 'ਤੇ ਜਗ੍ਹਾ। ਇੱਕ ਹੋਰ ਬੜੀ ਚੀਜ਼ ਉਹ ਹੈਗੀ ਮਸ਼ੀਨਰੀ। ਮਸ਼ੀਨਰੀ ਦੇਖੋ ਅਸੀਂ ਇਹ ਧਿਆਨ ਰੱਖਣਾ ਹੈਗਾ ਵੀ ਮਸ਼ੀਨਰੀ ਜਿਹੜੀ ਹੈਗੀ ਉਹ ਅਸੀਂ ਬੜੀ ਸਮਝਦਾਰੀ ਨਾਲ ਖਰੀਦਣੀ ਹੈ, ਭਾਵੇਂ ਮਿਲਕਿੰਗ ਮਸ਼ੀਨ ਹੈ, ਭਾਵੇਂ ਟਰੈਕਟਰ ਹੈ। ਆਮ ਤੌਰ 'ਤੇ ਸ਼ੁਰੂ ਦੇ ਵਿੱਚ 100 ਪਸ਼ੂਆਂ ਤੋਂ ਥੱਲੇ ਕਦੇ ਵੀ ਤੁਹਾਨੂੰ TMR ਵੈਗਨ ਦੀ ਜਾਂ ਮਿਲਕਿੰਗ ਪਾਰਲਰ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। 40-50 ਪਸ਼ੂਆਂ ਤੋਂ ਬਾਅਦ ਇਹਦੀ ਜ਼ਰੂਰਤ ਸ਼ੁਰੂ ਹੁੰਦੀ ਹੈ, ਉਹ ਵੀ ਤਾਂ ਜੇ ਤੁਹਾਡਾ ਫਾਰਮ ਸਹੀ ਵਾਧੇ ਵੱਲ ਜਾ ਰਿਹਾ ਹੋਵੇ। ਕਿਉਂਕਿ ਜਿਹੜੀ ਮਸ਼ੀਨਰੀ ਤੁਸੀਂ ਖਰੀਦ ਲਈ, ਤੁਸੀਂ ਚਾਹੇ ਅੱਜ ਉਹ 1 ਲੱਖ ਰੁਪਏ ਦੀ ਖਰੀਦੀ ਹੈ, ਜਿਹਦੇ ਨਾਲ ਤੁਹਾਡੇ ਘਰ ਆ ਗਈ ਉਹ 50,000 ਰੁਪਏ ਤੋਂ ਵੱਧ ਨਹੀਂ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਹੁੰਦਾ ਜਗ੍ਹਾ ਦੀ ਚੋਣ ਬੜੀ ਜ਼ਰੂਰੀ ਹੈ। ਜਗ੍ਹਾ ਦੇਖੋ ਤੁਹਾਡੇ ਕੋਲ ਆਪਣੀ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਹੈ। ਡੇਅਰੀ ਫਾਰਮ 'ਚ, ਛੋਟੇ ਫਾਰਮਾਂ 'ਚ ਪੋਲਿਊਸ਼ਨ ਕੰਟਰੋਲ ਬੋਰਡ ਦੇ ਇੰਨੇ ਪੰਗੇ ਨਹੀਂ ਪੈਂਦੇ ਹੈਗੇ, ਪਰ ਜੇ ਵੱਡਾ ਫਾਰਮ ਲਾਉਣਾ ਫਿਰ ਪ੍ਰਦੂਸ਼ਣ ਵਾਲਿਆਂ ਦਾ ਬਹੁਤ ਵੱਡਾ ਉਹ ਹੈ, ਮਸਲਾ, ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਦਿਨੋਂ ਦਿਨ ਕਾਨੂੰਨ ਬਦਲ ਰਹੇ ਹੈ। ਦੂਜੇ ਨੰਬਰ 'ਤੇ ਇਹ ਹੈ ਵੀ ਜਗ੍ਹਾ ਦੀ ਜਿਹੜੀ ਚੋਣ ਅਸੀਂ ਕਰਨੀ ਹੈ ਉਹਦੇ 'ਚ ਧਿਆਨ ਰੱਖਣਾ ਵੀ ਜਗ੍ਹਾ ਜਿਹੜੀ ਸਾਡੀ ਹੈਗੀ ਉਹ ਨੀਵੀਂ ਨਾ ਹੋਵੇ। ਇਹ ਬਹੁਤ ਵੱਡੀ ਗਲਤੀ ਹੈ ਜਿਹੜੀ, ਨੀਵੀਂ ਜਗ੍ਹਾ ਨਾ ਹੋਵੇ। ਨੀਵੀਂ ਜਗ੍ਹਾ 'ਤੇ ਬਹੁਤ ਵੱਡੇ ਪੰਗੇ ਪੈਂਦੇ ਆ। ਜੇ ਨੀਵੀਂ ਹੈਗੀ ਤਾਂ 4-5 ਫੁੱਟ ਭਰਤ ਪਵਾ ਲਓ, ਉਹਦੇ ਨਾਲ ਮਸਲਾ ਹੱਲ ਹੋ ਜਾਂਦਾ। ਦੂਜੇ ਨੰਬਰ 'ਤੇ ਕੀ ਹੈ, ਦੇਖੋ ਅਚਾਰ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਅਚਾਰ ਦੇ ਜਿਹੜੇ ਬੰਕਰ ਹੈ, ਹੁਣ ਟੋਏ ਟੋਏ ਵਾਲਾ ਟਾਈਮ ਗਿਆ, ਲੰਘ, ਬੰਕਰ ਬਣਵਾ ਲਓ ਪਹਿਲਾਂ।
ਬੰਕਰ ਜਦੋਂ ਬਣਾਉਣੇ ਆ ਤੁਸੀਂ ਕੰਧਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਤੁਸੀਂ ਸਰੀਆ ਪਾਉਣਾ ਹੀ ਪਾਉਣਾ। ਇਹ ਕੀ ਹੁੰਦਾ ਵੀ ਜਦੋਂ ਅਸੀਂ ਸਾਈਲੇਜ ਪਾਉਣੇ ਆ ਨਾ ਤਾਂ ਅਕਸਰ ਕੰਧਾਂ ਜਦੋਂ ਟਰੈਕਟਰ ਦਾ ਪ੍ਰੈਸ਼ਰ ਪੈਂਦਾ ਤਾਂ ਫਿਰ ਕੰਧਾਂ ਜਿਹੜੀਆਂ ਹੈਗੀਆਂ ਨਾ ਪ੍ਰੈਸ਼ਰ ਚੱਲਦੀਆਂ ਨਹੀਂ ਹੈਗੀਆਂ, ਤ੍ਰੇੜਾਂ ਪੈ ਜਾਂਦੀਆਂ। ਜੇ ਅਸੀਂ ਦੋ ਕੰਧਾਂ ਦੇ ਵਿੱਚ ਸਰੀਆ ਪਾ ਕੇ ਵਧੀਆ ਸਮਿੰਟ ਪਾਇਆ ਹੋਊ, ਬਜਰੀ ਪਾਈ ਹੋਊ, ਉਹ ਤੁਹਾਡਾ 20-30 ਸਾਲ ਕਿਤੇ ਨਹੀਂ ਜਾਂਦਾ। ਇਹ ਬੜੀ ਵੱਡੀ ਗਲਤੀ, ਪਹਿਲਾਂ ਬਣਾ ਲਓ, ਇਹ ਬਾਅਦ 'ਚ ਨਹੀਂ ਬਣਾ ਹੁੰਦੇ ਹੈਗੇ। ਔਰ ਦੂਜੀ ਗੱਲ, ਤੀਜੀ ਗੱਲ ਜਿਹੜੀ ਹੈਗੀ, ਦੇਖੋ ਸ਼ੈੱਡ ਬਾਰੇ ਆ, ਸ਼ੈੱਡ ਬਾਰੇ ਤਾਂ ਦੇਖੋ ਗੱਲ ਇਹ ਹੈ ਵੀ ਤੁਹਾਨੂੰ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਕਿ ਤੁਸੀਂ ਕਿੰਨੇ ਪਸ਼ੂ ਰੱਖਣੇ ਆ, 5 ਰੱਖਣੇ ਆ ਜਾਂ 10 ਰੱਖਣੇ ਆ। ਜੇ 5-10 ਪਸ਼ੂ ਵਾਲੇ ਬੰਦਿਆਂ ਨੂੰ ਬਹੁਤੇ ਵੱਡੇ ਸ਼ੈੱਡ ਦੀ ਲੋੜ ਨਹੀਂ ਹੁੰਦੀ, ਲੈਂਟਰ ਜਾਂ ਸਮਿੰਟਲੇ ਚਾਦਰਾਂ ਤੋਂ ਵੀ ਬਚਿਆ ਜਾ ਸਕਦਾ। ਦੇਸੀ ਜਿਹੜੀਆਂ ਹੈਗੀਆਂ ਪਾਈਪਾਂ ਅਕਸਰ ਕਬਾੜ 'ਚ ਮਿਲ ਜਾਂਦੀਆਂ, ਉਹਨਾਂ ਨੂੰ ਪੇਂਟ ਕਰਵਾ ਕੇ ਤੁਸੀਂ ਜਿਹੜੇ ਹੈਗੇ ਛੱਤ ਜਿਹੜੀ ਹੈਗੀ ਬਾਂਸ ਦੇ ਅਤੇ ਸਰਕੰਡੇ ਦੇ ਜਿਹੜੇ ਹੈਗੇ ਅੰਦਰ ਤਰਪਾਲ ਲਾ ਕੇ ਵਧੀਆ ਮਜ਼ਬੂਤ ਸ਼ੈੱਡ ਬਣ ਜਾਂਦਾ, 5-7 ਸਾਲ ਕਿਤੇ ਨਹੀਂ ਜਾਂਦਾ ਹੈਗਾ। ਦੇਖੋ ਕੀ ਹੁੰਦਾ ਵੀ ਛੋਟੇ ਜਿਹੜੇ ਪਸ਼ੂ ਪਾਲਕ ਨੇ ਨਾ, ਉਹ ਬਹੁਤ ਵਾਰੀ ਇਸ ਗੱਲ 'ਤੇ ਬਹਿਸ ਕਰਦੇ ਆ ਅਸੀਂ ਵਧੀਆ ਵੱਡਾ ਸ਼ੈੱਡ ਪਾਉਣਾ। ਵੱਡਾ ਸ਼ੈੱਡ ਹਰ ਕਿਸੇ ਵਾਸਤੇ ਨਹੀਂ ਹੈਗਾ। ਜਿੰਨੀ ਦੇਰ ਤੱਕ ਤੁਹਾਡੇ ਕੋਲ 15-20 ਤੋਂ ਪਸ਼ੂ ਵੱਧਦੇ ਨਹੀਂ ਹੈਗੇ ਵੱਡੇ ਪਸ਼ੂ, ਉਨੀ ਦੇਰ ਤੱਕ ਸ਼ੈੱਡ 'ਤੇ ਪੈਸੇ ਨਾ ਖਰਚੋ। ਕਬਾੜ ਹੈ, ਜੇ ਲੋਹਾ ਵੇਚਣਾ ਪੈ ਗਿਆ ਨਾ ਤਾਂ ਬਹੁਤ ਮਹਿੰਗਾ ਪੈ ਜਾਣਾ ਗਾ। ਜਦੋਂ ਤੁਹਾਡਾ ਸੈੱਟ ਹੋ ਜਾਏ, ਇੱਕ ਵਾਰੀ ਪੈਸੇ ਬਚਣ ਲੱਗ ਜਾਣ, ਖਰਚਾ ਨਿਕਲਣ ਲੱਗ ਜੇ, ਸਾਈਕਲ ਸੈੱਟ ਹੋ ਜਾਏ, ਉਨੀ ਦੇਰ ਤੱਕ ਸ਼ੈੱਡ 'ਤੇ ਕਦੇ ਵੀ ਜ਼ਿਆਦਾ ਪੈਸੇ ਨਾ ਲਾਓ। ਬਹੁਤ ਵੱਡੀਆਂ ਗਲਤੀਆਂ ਲੋਕ ਕਰਦੇ ਆ। ਠੀਕ ਹੈ, ਤੁਹਾਡੇ ਕੋਲ ਜਦੋਂ ਹੋ ਜਾਏ ਸੈੱਟ ਤਾਂ ਕੋਈ ਗੱਲ ਨਹੀਂ ਹੈ, ਇਹ ਵੀ ਸ਼ੈੱਡ ਬਣਾਇਆ ਵਾ, ਤੁਹਾਡਾ ਕਿਤੇ ਬੇਕਾਰ ਨਹੀਂ ਜਾਣਾ ਹੈਗਾ। ਇਹ ਵੀ ਕੱਲ੍ਹ ਨੂੰ ਤੁਸੀਂ ਜਦੋਂ ਨਵੇਂ ਪਸ਼ੂ ਲੈ ਕੇ ਆਉਣੇ ਆ, ਮਤਲਬ ਕਿ ਮੇਨ ਪਸ਼ੂਆਂ ਦੇ ਸ਼ੈੱਡ ਦੇ ਨਾਲ, ਇਹ ਸ਼ੈੱਡ ਦਾ ਇੱਕ ਫਾਇਦਾ ਕੀ ਰਹਿਣਾ ਹੈਗਾ ਵੀ ਤੁਹਾਡੇ ਛੋਟੇ ਕੱਟਰੂ ਬੱਚਿਆਂ ਵਾਸਤੇ ਸ਼ੈੱਡ ਕੰਮ ਆਜੂਗਾ, ਝੋਟੀਆਂ ਬਹਿੜੀਆਂ ਵਾਸਤੇ ਕੰਮ ਆਜੂਗਾ, ਸੂਣ ਵਾਲੇ ਮੱਝਾਂ ਗਾਵਾਂ ਵਾਸਤੇ ਕੰਮ ਆਜੂਗਾ ਸ਼ੈੱਡ ਇਹ, ਜਾਂ ਫਿਰ ਤੁਹਾਡੇ ਜਿਹੜੇ ਬਿਮਾਰ ਪਸ਼ੂ ਕਰਨ ਤੁਸੀਂ ਜਾਂ ਨਵੇਂ ਪਸ਼ੂ ਜਿਹੜੇ ਲੈ ਕੇ ਆਉਣੇ ਉਹਨਾਂ ਨੂੰ ਅੱਡ ਕਰਨ ਵਾਸਤੇ ਸ਼ੈੱਡ ਕੰਮ ਆਜੂਗਾ। ਇਹ ਬਣਾਓ ਵਧੀਆ। ਦੇਖੋ ਮੇਨ ਇਹ ਹੁੰਦਾ ਸੈਂਟਰ ਦੇ ਵਿੱਚੋਂ 15-16 ਫੁੱਟ ਰੱਖ ਲਓ, ਸਾਈਡ ਤੋਂ 10-12 ਫੁੱਟ ਰੱਖ ਲਓ। ਦੇਸੀ ਸ਼ੈੱਡ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ, ਲੰਬਾਈ ਜਿਹੜੀ ਹੈਗੀ ਚੜ੍ਹਦੇ ਤੋਂ ਲੈਂਦੇ ਰੱਖੋ। ਘੱਟੋ ਘੱਟ ਤੁਸੀਂ ਇਹ ਧਿਆਨ ਰੱਖਣਾ ਵੀ 5 ਫੁੱਟ ਜਿਹੜੀ ਇੱਕ ਗਾਂ ਜਾਂ ਮੱਝ ਨੂੰ ਜਗ੍ਹਾ ਚਾਹੀਦੀ ਹੁੰਦੀ ਆ ਖੜ੍ਹਨ ਨੂੰ, ਤਾਂ ਜੇ ਤੁਸੀਂ 100 ਫੁੱਟ ਲੰਬਾਈ ਰੱਖੋਗੇ ਤਾਂ ਉਹਦੇ ਵਿੱਚ 15-20 ਪਸ਼ੂ ਆਰਾਮ ਨਾਲ ਆ ਸਕਦੇ ਹੈਗੇ। ਵੱਧ ਹੀ ਰੱਖੋ ਲੰਬਾਈ, ਉਹਦੇ ਨਾਲ ਕੀ ਹੋਊਗਾ, ਫਾਇਦਾ ਬਹੁਤ ਜ਼ਿਆਦਾ ਰਹੂਗਾ, ਹੈ ਨਾ। ਉਹ ਤੋਂ ਬਾਅਦ ਹੈਗਾ, ਦੇਖੋ ਮੇਨ ਜਿਹੜਾ ਵੱਡਾ ਸਵਾਲ ਹੈ ਉਹ ਹੈਗਾ ਵੀ ਅਸੀਂ ਜਿੱਥੇ ਲੋਕ ਫਸ ਜਾਂਦੇ ਆ, ਉਹ ਹੈਗਾ ਮੱਝਾਂ ਗਾਵਾਂ ਜਾਂ ਦੇਸੀ ਗਾਵਾਂ। ਇਹ ਬਹੁਤ ਵੱਡਾ ਸਵਾਲ ਹੈ, ਇਹਦੇ ਬਾਰੇ ਆਪਾਂ ਅੱਜ ਵਿਸਥਾਰ 'ਚ ਗੱਲ ਕਰਾਂਗੇ, ਬਾਕੀ ਵਿਸ਼ੇ ਆਪਾਂ ਅਗਲੀ ਵਾਰੀ ਗੱਲ ਕਰਾਂਗੇ। ਮੱਝਾਂ ਦੀ ਦੇਖੋ ਜਿਹੜੇ ਸ਼ਹਿਰ ਹੈਗੇ ਜਿਵੇਂ ਖੰਨਾ ਹੋ ਗਿਆ, ਲੁਧਿਆਣਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਜਲੰਧਰ ਹੋ ਗਿਆ, ਜਿੱਥੇ ਸ਼ਹਿਰਾਂ 'ਚ ਦੁੱਧ ਵਿਕਦਾ ਸਿੱਧਾ, ਉੱਥੇ ਮੱਝਾਂ ਵਧੀਆ ਰੱਖਣੀਆਂ ਚਾਹੀਦੀਆਂ। ਵਧੀਆ ਰੇਟ 70-80 ਰੁਪਏ ਲੀਟਰ ਦੁੱਧ ਦਾ ਰੇਟ ਮਿਲ ਜਾਂਦਾ, ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ। ਗਾਵਾਂ ਜਿਹੜੀਆਂ ਹੈਗੀਆਂ, ਦੇਖੋ ਗਾਵਾਂ ਦੇ ਵਿੱਚ ਦੋਗਲੀਆਂ ਗਾਵਾਂ ਦੀ ਕੋਈ ਰੀਸ ਨਹੀਂ, ਜੇ ਤੁਸੀਂ ਵਿਗਿਆਨ ਦਾ ਪੱਲਾ ਪੜ੍ਹ ਲਓ। ਦੋਗਲੀਆਂ ਗਾਵਾਂ ਦੇ ਵਿੱਚ ਵੀ ਜੇ ਤੁਸੀਂ ਮਤਲਬ ਕਿ 2-1 ਦੀ ਅਨੁਪਾਤ ਦੇ ਵਿੱਚ, ਮੰਨ ਲਓ ਵੀ 7 ਗਾਵਾਂ ਤੁਸੀਂ ਜੇ ਦੋਗਲੀਆਂ ਲੈ ਲਈਆਂ ਚ ਵਧੀਆ, ਅਤੇ 3 ਗਾਵਾਂ ਤੁਸੀਂ ਜਰਸੀ ਲੈ ਲਈਆਂ, ਤੁਹਾਨੂੰ ਫੈਟ ਦੀ ਪ੍ਰੋਬਲਮ ਨਹੀਂ ਆਊਗੀ। ਹੁਣ ਦੋਗਲੀਆਂ ਗਾਵਾਂ ਕਿੱਥੋਂ ਖਰੀਦਣੀਆਂ, ਇਹ ਬਹੁਤ ਵੱਡਾ ਸਵਾਲ ਹੈ। ਕਦੇ ਵੀ ਫਾਰਮ ਸ਼ੁਰੂ ਕਰਨ ਲੱਗੇ ਦੋਗਲੀਆਂ ਗਾਵਾਂ ਮੰਡੀਆਂ 'ਚੋਂ ਨਾ ਖਰੀਦੋ। PDFA ਦੇ ਜਿੰਨੇ ਵੀ ਫਾਰਮ ਨੇ ਨਾ, ਉਹਨਾਂ ਕੋਲ ਸਭ ਕੋਲ ਵਧੀਆ, ਬਹੁਤ ਵਧੀਆ ਵਰਲਡ ਕਲਾਸ ਜਿਹੜੀ ਬਰੀਡ ਉਪਲਬਧ ਹੈ, ਭਾਵੇਂ HF ਹੈ ਭਾਵੇਂ ਜਰਸੀ ਹੈ।
ਤੁਸੀਂ ਇਹ ਕੰਮ ਫਾਰਮਾਂ ਤੋਂ ਖਰੀਦੋ, ਅੱਜ ਦੇ ਹਿਸਾਬ ਨਾਲ ਤੁਹਾਨੂੰ 1.25 ਲੱਖ 1.5 ਲੱਖ ਤੋਂ ਘੱਟ ਗਾਂ ਨਹੀਂ ਮਿਲਣੀ ਹੈਗੀ। ਜਿਹੜੇ ਲੋਕ ਇਹ ਕਹਿੰਦੇ ਅਸੀਂ ਮੰਡੀ 'ਚੋਂ ਲੈ ਆਵਾਂਗੇ 70-80 ਹਜ਼ਾਰ ਦੀ, ਉਹ 70-80 ਹਜ਼ਾਰ ਦੀ ਗਾਂ ਤੁਹਾਨੂੰ ਨਸਲ ਦੀ ਬਹਿੜੀ ਕਦੇ ਨਹੀਂ ਮਿਲਣੀ ਹੈਗੀ। ਜਾਂ ਤਾਂ ਉਹ 3-4 ਸੂਏ ਦੇ ਕੇ ਪਹਿਲਾਂ ਹੀ ਖੜਕੀ ਹੋਣੀ ਹੈ, ਬਿਮਾਰੀਆਂ ਦਾ ਘਰ ਹੋਊਗਾ, ਜਾਂ ਫਿਰ ਉਹ 'ਚ ਕੋਈ ਹੋਰ ਵੱਡਾ ਨੁਕਸ ਹੋਊਗਾ। ਮੰਡੀਆਂ ਦੇ ਵਿੱਚ ਵਪਾਰੀ ਬਹੁਤ ਲੋਕਾਂ ਨਾਲ ਠੱਗੀ ਲਾਉਂਦੇ ਹੈਗੇ। ਫਾਰਮ ਤੋਂ ਗਾਂ ਲੈਣ ਦਾ ਇੱਕ ਫਾਇਦਾ ਕੀ ਰਹਿੰਦਾ? ਪਹਿਲੀ ਗੱਲ ਤਾਂ ਤੁਹਾਨੂੰ ਚੀਜ਼ ਸਹੀ ਮਿਲੂਗੀ, ਦੂਜੀ ਗੱਲ ਇਹ ਜਿਹੜਾ ਤੁਸੀਂ ਬਰਸੈਲਾ ਟੈਸਟ ਕਰਨਾ ਹੈ ਉਹ ਤੁਸੀਂ ਬੜਾ ਆਰਾਮ ਨਾਲ ਕਰ ਸਕਦੇ ਹੋ, ਗਾਂ ਚੋ ਕੇ ਲੈ ਸਕਦੇ ਹੋ। ਮੰਡੀਆਂ ਦੇ ਵਿੱਚ ਬਹੁਤ ਕੁਛ ਚੱਲਦਾ ਜਿਹੜਾ ਕਿ ਅਸੀਂ ਨਹੀਂ ਦੇਖ ਪਾਉਂਦੇ ਹੈਗੇ। ਸਸਤੀਆਂ ਗਾਵਾਂ ਹਮੇਸ਼ਾ ਮਹਿੰਗੀਆਂ ਪੈਂਦੀਆਂ। ਕੋਸ਼ਿਸ਼ ਕਰੋ ਭਲੂਣ ਜਿਹੜੇ ਬੈੜੀਆਂ ਹੈਗੀਆਂ ਉਹ ਲਓ, ਜਿਹੜੇ ਸੂਨ ਦੇ ਨੇੜੇ ਲੱਗੀਆਂ ਹੋਣ, ਤੁਹਾਨੂੰ ਉਹ 'ਚ ਬਹੁਤ ਜ਼ਿਆਦਾ ਫਾਇਦਾ ਰਹੇਗਾ। ਵਧੀਆ ਬੈੜੀ ਤੁਸੀਂ ਘਰੇ ਵੀ ਤਿਆਰ ਕਰੋਗੇ, 25-30 ਲੀਟਰ ਵਾਲੀ 1.25 ਲੱਖ ਤੋਂ ਘੱਟ ਤਿਆਰ ਨਹੀਂ ਹੁੰਦੀ ਹੈਗੀ। ਇਸ ਕਰਕੇ ਸਾਡੇ ਕਿਸੇ ਕਿਸਾਨ ਭਰਾ ਕੋਲੇ ਪੈਸੇ ਜਾਣੇ ਆ, ਇੱਥੇ 1.5 ਲੱਖ ਰੁਪਏ ਖਰਚੋਂ ਤੋਂ ਨਾ ਡਰੋ। ਪਹਿਲੇ ਦੂਜੇ ਸੂਏ ਤੋਂ ਮਤਲਬ ਕਿ ਤੀਜੇ ਸੂਏ ਤੱਕ ਵੀ ਤੁਸੀਂ ਵਧੀਆ ਬੈੜੀ ਜੇ ਫਾਰਮ ਤੋਂ ਲਓਗੇ ਤੁਹਾਡੇ ਕੋਲ 3-4 ਸੂਏ ਦੇ ਕੇ ਜਾਊਗੀ। ਉਦੋਂ ਬਾਅਦ ਹੈਗਾ ਦੇਖੋ, ਬਹੁਤ ਸਾਰੇ ਲੋਕ ਕੀ ਕਰਦੇ ਆ, ਸ਼ਹਿਰਾਂ ਵਾਲੇ ਲੋਕ ਦੇਸੀ ਗਾਵਾਂ ਦੀ ਗੱਲ ਕਰਦੇ ਆ। ਦੇਸੀ ਗਾਂ ਦੇ ਵਿੱਚ ਦੇਖੋ ਤਜਰਬੇ ਲੋਕਾਂ ਨੇ ਬਥੇਰੇ ਕਰ ਲਏ, ਸਾਹੀਵਾਲ ਹੀ ਸਭ ਤੋਂ ਵਧੀਆ ਹੈ। ਸਾਹੀਵਾਲ ਤੁਸੀਂ ਵਧੀਆ ਲੈ ਸਕਦੇ ਹੋ, ਪਰ ਇਹ ਧਿਆਨ ਰੱਖੋ ਸਾਹੀਵਾਲ ਜੇ ਲੈਣੀ ਹੈ ਦੁੱਧ 100 ਰੁਪਏ ਲੀਟਰ ਤੋਂ ਘੱਟ ਨਹੀਂ ਵੇਚਣਾ। ਜੇ 100 ਰੁਪਏ ਤੋਂ ਘੱਟ ਤੁਹਾਡਾ ਦੁੱਧ ਵਿਕਦਾ ਪੈਸੇ ਪੱਲਿਓ ਪੈਣੇ। ਇਸ ਕਰਕੇ ਭਾਵੇਂ ਪੈਕਿੰਗ ਕਰੋ, ਪੈਕਟ 'ਚ ਕਰੋ, ਬੋਤਲ 'ਚ ਕਰੋ, ਡੋਲੂ ਜਾਂ ਢੋਲੀ ਜੋ ਮਰਜ਼ੀ ਹੋਵੇ, ਪਰ ਦੁੱਧ 100 ਰੁਪਏ ਲੀਟਰ ਤੋਂ ਘੱਟ ਨਹੀਂ ਵਿਕਣਾ, ਨਹੀਂ ਤਾਂ ਦੇਸੀ ਗਾਵਾਂ ਨੇ ਕੁਛ ਨਹੀਂ ਬਚਾਉਣਾ। ਦੂਜੀ ਗੱਲ, ਜਿਹੜੀ ਦੇਸੀ ਗਾਂ ਤੁਸੀਂ ਸਾਹੀਵਾਲ ਲਈ ਹੈ, ਜੇ ਉਹ ਲੈਣ ਲੱਗੇ ਤੁਸੀਂ ਦੇਖ ਲਿਆ ਵੀ ਮਾਰਦੀ ਹੈ, ਤਾਂ ਇਹਦਾ ਮਤਲਬ ਉਹ ਪਿਓਰ ਨਹੀਂ ਹੈਗੀ, ਉਹ ਜਿਹੜੀ ਹੈਗੀ ਰਾਠੀ ਦਾ ਕ੍ਰੋਸ ਹੈ। ਰਾਠੀ ਦੀਆਂ ਕ੍ਰੋਸ ਗਾਵਾਂ ਪੰਜਾਬ 'ਚ ਬਹੁਤ ਜ਼ਿਆਦਾ ਨੇ, ਦੇਖਣ ਨੂੰ ਸਾਹੀਵਾਲ ਲੱਗਦੀਆਂ ਪਰ ਇਹ 60 ਫੀਟ ਮਾਰਨ ਲੱਗੇ ਟਾਈਮ ਨਹੀਂ ਲਾਉਂਦੀਆਂ ਹੈਗੀਆਂ। ਦੁੱਧ ਬਹੁਤ ਜਲਦੀ ਚੜ੍ਹਾ ਜਾਂਦੀਆਂ, ਤੰਗ ਬਹੁਤ ਕਰਦੀਆਂ, ਸੂਆ ਬਹੁਤ ਛੋਟਾ ਹੁੰਦਾ ਹੈਗਾ। ਸੋ ਇਸ ਕਰਕੇ ਗਾਵਾਂ ਖਰੀਦਣ ਲੱਗੇ ਦੇਖੋ ਵਧੀਆ ਕਿਸਮ ਦੀ ਜਿਹੜੀ ਸਾਹੀਵਾਲ ਗਾਂ ਹੈ, ਅੱਜ ਜੇ ਲਾਈਏ ਤਾਂ ਸਾਨੂੰ 1 ਲੱਖ ਰੁਪਏ ਤੋਂ ਘੱਟ ਨਹੀਂ ਮਿਲਦੀ ਹੈਗੀ। ਸਾਹੀਵਾਲ ਦੀਆਂ ਗਾਵਾਂ ਦਾ ਜਿਹੜਾ ਹੈਗਾ ਕੰਮ ਵਧੀਆ, ਪਰ ਤੁਸੀਂ HF ਅਤੇ ਮੱਝਾਂ ਦਾ ਪੱਲਾ ਨਾ ਛੱਡੋ, ਕਿਉਂਕਿ ਇਕੱਲੇ ਸਾਹੀਵਾਲ ਨਾਲ ਬਹੁਤ ਲੰਬਾ ਸਮਾਂ ਲੱਗ ਜਾਂਦਾ ਫਾਰਮ ਸੈੱਟ ਕਰਨ ਨੂੰ। ਜਿੱਥੋਂ ਤੱਕ ਅਸੀਂ ਗੱਲ ਲਾਈਏ ਘਿਓ ਦਾ, ਜੇ ਅਸੀਂ ਲਾਈਏ, ਬਹੁਤ ਸਾਰੇ ਲੋਕ ਘਿਓ ਦੀ ਗੱਲ ਕਰਦੇ ਆ, ਘਿਓ ਵਿਕ ਵਧੀਆ ਜਾਂਦਾ ਹੈਗਾ, 2500-3000 ਰੁਪਏ ਤੱਕ ਘਿਓ ਪੰਜਾਬ 'ਚ ਦੇਸੀ ਗਾਂ ਦਾ ਵਿਕ ਜਾਂਦਾ। ਪਰ ਗੱਲ ਹੈ ਘਿਓ ਸਾਡੇ ਕੋਲ ਹੋਊਗਾ ਕਿੰਨੀ ਮਾਤਰਾ ਦੇ ਵਿੱਚ। ਜੇ ਤੁਸੀਂ 50-60 ਲੀਟਰ ਦੁੱਧ ਵੀ ਕਰ ਲਿਆ ਤਾਂ ਦੁੱਧ ਵੇਚ ਕੇ ਤੁਹਾਡੇ ਕੋਲ 15-20 ਲੀਟਰ ਦੁੱਧ ਬਚੂਗਾ, ਉਨਾ ਕੁ ਘਿਓ ਨੂੰ, ਉਨੇ ਕੁ ਘਿਓ ਦੇ ਨਾਲ ਕੁਛ ਨਹੀਂ ਬਣਦਾ ਹੈਗਾ। ਔਰ ਸਭ ਤੋਂ ਜ਼ਰੂਰੀ ਗੱਲ ਹਮੇਸ਼ਾ ਯਾਦ ਰੱਖੋ, ਕਈ ਵਾਰੀ ਸ਼ੁਰੂ 'ਚ ਲੋਕ ਸੋਚ ਲੈਂਦੇ ਆ ਜਾਂ ਸੁਣ ਲੈਂਦੇ ਆ ਇੱਧਰ ਉੱਧਰੋਂ ਕਿਤਾਬੀ ਗਿਆਨ ਜਿਹੜਾ ਹੁੰਦਾ ਵੀ ਜੇ ਅਸੀਂ ਦਹੀਂ ਬਣਾਵਾਂਗੇ, ਲੱਸੀ ਬਣਾਵਾਂਗੇ, ਪਨੀਰ ਬਣਾਵਾਂਗੇ, ਇੱਦਾਂ ਕਰਾਂਗੇ, ਇਹ ਕੋਈ ਪੰਗਿਆਂ 'ਚ ਪੈਣ ਦੀ ਲੋੜ ਨਹੀਂ। ਸ਼ੁਰੂ 'ਚ ਦੁੱਧ ਸਭ ਤੋਂ ਵਧੀਆ ਹੈਗਾ ਇੱਦਾਂ ਹੀ ਵੇਚਿਆ ਜਾਵੇ। ਮੇਨ ਗੱਲ ਕੀ ਹੈ, ਸਾਡੇ ਕੋਲ ਦੁੱਧ ਠੰਡਾ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ। ਜੇ ਦੁੱਧ ਠੰਡਾ ਕਰਨ ਦਾ ਪ੍ਰਬੰਧ ਨਹੀਂ ਹੈਗਾ ਤੁਹਾਡੇ ਕੋਲ, ਭਾਵੇਂ ਫਰੀਜ਼ਰ ਲੈ ਲਓ ਛੋਟਾ, ਅੱਜ ਕੱਲ੍ਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਫਰੀਜ਼ਰ ਛੋਟੇ ਮਿਲ ਜਾਂਦੇ ਹੈ, ਅਤੇ ਜਾਂ ਫਿਰ ਤੁਸੀਂ ਜੇ ਤੁਹਾਡਾ ਵਧੀਆ ਪਲੈਨਿੰਗ ਹੈਗੀ ਤਾਂ ਬਲਕ ਮਿਲਕ ਕੂਲਰ ਉਹ ਲੈ ਸਕਦੇ ਹੋ। ਇਹ ਚੀਜ਼ ਕੀਤੇ ਬਿਨਾਂ ਕਦੇ ਫਾਰਮ ਨਾ ਲਾਓ। ਜੇ ਤੁਹਾਡੇ ਕੋਲ ਦੁੱਧ ਠੰਡਾ ਕਰਨ ਦਾ ਅਰੇਂਜਮੈਂਟ ਨਹੀਂ ਹੈਗਾ, 9 ਮਹੀਨੇ ਗਰਮੀ ਪੈਣੀ, ਤੁਹਾਨੂੰ ਪ੍ਰੋਬਲਮ ਆਉਣੀ ਆਉਣੀ ਹੈ, ਗਾਹਕ ਦੀ ਸ਼ਿਕਾਇਤ ਆਉਣੀ ਆਉਣੀ ਹੈ। ਸੋ ਇਹ ਕੁਛ ਹੈਗੀਆਂ ਮੁੱਢਲੀਆਂ ਗੱਲਾਂ। ਇਸ ਤੋਂ ਬਾਅਦ ਹੈਗਾ ਦੇਖੋ ਫੀਡ ਦਾ। ਫੀਡ ਦੇ ਵਿੱਚ ਕੀ ਹੈ,
ਤੁਹਾਨੂੰ ਹਰ ਬੰਦਾ ਮਾਹਰ ਮਿਲੂਗਾ। ਕੁਛ ਨਹੀਂ ਲੋਕਾਂ ਨੂੰ ਪਤਾ ਹੁੰਦਾ, ਕਦੇ ਡੱਗਾ ਮੱਝ ਰੱਖੀ ਹੁੰਦੀ, ਸਾਰੇ ਫੀਡ ਦੇ ਮਾਹਰ ਬਣੇ ਹੁੰਦੇ। ਫੀਡ ਦੇ ਵਿੱਚ ਤੁਹਾਡੇ ਫਾਰਮ 'ਤੇ ਪਹਿਲੇ ਦਿਨ ਤੋਂ ਆਦਤ ਪਾਓ ਕੱਟੜੂਆਂ ਬੱਛੜੂਆਂ ਦੀ, ਝੋਟੀਆਂ ਬੈੜੀਆਂ ਦੀ, ਦੁੱਧ ਵਾਲੇ ਪਸ਼ੂਆਂ ਦੀ, ਸੂਣ ਵਾਲੇ ਪਸ਼ੂਆਂ ਦੀ, ਦੁੱਧ ਦੇ ਰਹੇ ਗੱਭਣ ਪਸ਼ੂਆਂ ਦੀ, ਇਹਨਾਂ ਦੀ ਫੀਡ ਅਲੱਗ 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 ਬਣਨੀ ਚਾਹੀਦੀ ਹੈ, ਨਹੀਂ ਤਾਂ ਨਹੀਂ ਗੱਲ ਬਣਨੀ। ਦੂਜੀ ਗੱਲ, ਮਾਰਕੀਟਿੰਗ ਦਾ ਪ੍ਰਬੰਧ ਪਹਿਲਾਂ ਹੀ ਕਰ ਲਓ। ਜੇ ਤੁਸੀਂ ਫਾਰਮ ਸ਼ੁਰੂ ਕਰਨਾ, ਮਹੀਨਾ ਪਹਿਲਾਂ ਮੰਡੀ ਕਰਨ ਦਾ ਪ੍ਰਬੰਧ ਕਰ ਲਓ, ਕਿੱਥੇ ਵੇਚਣਾ, ਕਿਹਨੂੰ ਵੇਚਣਾ, ਨਹੀਂ ਤਾਂ ਪੰਗਾ ਪੈਣ ਲੱਗਿਆ। ਸੁਸਾਇਟੀ ਨੂੰ ਪਾਉਣਾ ਦੁੱਧ, ਤੁਹਾਡੀ ਮਰਜ਼ੀ ਹੈ, ਪਰ ਮਾਰਜਨ ਬੜਾ ਲਿਮਿਟਡ ਰਹਿੰਦਾ। ਦੋਧੀ ਨੂੰ ਜੇ ਪਾਉਣ ਦੀ ਸਲਾਹ ਕਰ ਰਹੇ ਹੋ ਤਾਂ ਨਾ ਫਾਰਮ ਪਾਓ, ਆਪਣਾ ਪੈਦਾ ਕਰਨਾ, ਆਪਣਾ ਵੇਚਣਾ ਤਾਂ ਬਹੁਤ ਹੀ ਵਧੀਆ, ਆਪ ਦੁੱਧੀ ਬਣ ਕੇ ਵੇਚਣਾ ਤਾਂ ਬਹੁਤ ਜ਼ਿਆਦਾ ਵਧੀਆ। ਔਰ ਅਖੀਰਲੀ ਗੱਲ ਹੈਗੀ ਸੁੱਕੇ ਚਾਰੇ ਦੀ। ਸੁੱਕਾ ਚਾਰਾ ਦੇਖੋ, ਅਸੀਂ ਬੇਮਤਲਬ ਬਿਨਾਂ ਜ਼ਿਆਦਾ ਖਰਚਾ ਕਰਦੇ ਹਾਂ। ਤੂੜੀ ਤਾਂ ਬਿਲਕੁਲ ਲੋੜ ਅਨੁਸਾਰ, ਘੱਟੋ ਘੱਟ ਕਿਲੋ, ਡੇਢ ਕਿਲੋ, ਦੋ ਕਿਲੋ ਤੋਂ ਵੱਧ ਪਸ਼ੂ ਨੂੰ ਤੂੜੀ ਕਦੇ ਨਹੀਂ ਪਾਉਣੀ ਚਾਹੀਦੀ, ਜੋ ਮਰਜ਼ੀ ਕਹੀ ਜਾਵੇ। ਵੇਸਟੇਜ ਹੈ ਪੈਸੇ ਦੀ, ਪਸ਼ੂ ਦੀ ਸਿਹਤ ਦੀ। ਇਹਦੇ ਬਾਰੇ ਹੁਣ ਚੀਜ਼ਾਂ ਬਹੁਤ ਜ਼ਿਆਦਾ ਬਦਲ ਗਈਆਂ, ਸਾਨੂੰ ਹੁਣ ਵਿਗਿਆਨ ਦਾ ਪੱਲਾ ਫੜਨਾ ਪੈਣਾ। ਤੂੜੀ ਵਾਲੇ ਕੋਠੇ 'ਤੇ ਘੱਟ ਖਰਚਾ ਕਰੋ, ਸ਼ੈੱਡ 'ਤੇ ਪਸ਼ੂਆਂ ਦੀ ਬਰੀਡ 'ਤੇ ਜ਼ਿਆਦਾ ਖਰਚਾ ਕਰੋ। ਬਾਕੀ ਦੇਖੋ ਪੈਸੇ ਦਾ ਹਿਸਾਬ ਕਿਤਾਬ ਲਾਓ, ਮਸਲੇ ਜਿੰਨੇ ਹੋਣੇ ਹੈ ਬਾਅਦ 'ਚ ਖੁਰਾਕ ਦੇ ਹੀ ਪੈਣੇ। ਦੇਖੋ ਲੋਕ ਕੀ ਕਰਦੇ ਆ, ਦਵਾਈਆਂ ਬਾਰੇ ਜਾਣਕਾਰੀ ਲੈਣ ਦੀ ਬਹੁਤ, ਡਾਕਟਰ ਬਣਨ ਦੀ ਕੋਸ਼ਿਸ਼ ਕਰ, ਦਵਾਈਆਂ ਦਾ ਖਰਚਾ ਕਿੰਨਾ ਹੋਣਾ, 3%, 4-5%, ਉਹਦੇ ਨਾਲ ਗੱਲ ਨਹੀਂ ਬਣਨੀ, 97%, 95% ਜਿਹੜਾ ਬੱਚਿਆ ਉਹਦੇ ਬਾਰੇ ਸਿੱਖਣਾ ਪੈਣਾ। ਔਰ ਅਖੀਰਲੀ ਗੱਲ, ਫਰਿੱਜ ਆਪਣਾ ਜ਼ਰੂਰ ਲਓ ਜਿਹੜਾ ਇਨਵਰਟਰ ਦੇ ਬੈਕਅਪ 'ਤੇ ਹੋਵੇ। ਬੜੀ ਵੱਡੀ ਗਲਤੀ ਕਰਦੇ ਲੋਕ, ਵੈਕਸੀਨ ਕਹਿ ਰਹੀ ਹੈ ਜ਼ਰੂਰ ਪਹਿਲਾਂ ਲਓ, ਫਲੇਮ ਗਨ ਜ਼ਰੂਰ ਪਹਿਲਾਂ ਲਓ। ਬਾਕੀ ਵਿਸ਼ਾ ਬੜਾ ਲੰਬਾ, ਇਹਦੇ ਬਾਰੇ ਆਪਾਂ ਅਗਲੇ ਵਾਰੀ ਗੱਲ ਕਰਾਂਗੇ। ਗੱਲ ਸਿਰਫ ਇਹ ਹੈ ਵੀ ਮਾਹਰ ਦੀ ਸਲਾਹ ਨਾ ਚੱਲੋ, ਕਿਸੇ ਮਾਹਰ ਦੀ ਸਲਾਹ ਲਓ, ਥੋੜ੍ਹਾ ਸਮਾਂ ਥੋੜ੍ਹੇ ਪੈਸੇ 'ਤੇ ਖਰਚੋ, ਤੁਹਾਡਾ ਬਹੁਤ ਸਾਰਾ ਪੈਸਾ ਅਤੇ ਬਹੁਤ ਸਾਰਾ ਸਮਾਂ ਬਚੂਗਾ। ਠੀਕ ਹੈ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।